ਕਮਲਜੀਤ ਕੌਰ। ਕਿਸ ਤਰ੍ਹਾਂ ਹੋਈ ਹੈ ਘਟਨਾ ਇਹ, ਤੁਸੀਂ ਕਾਲਜ ਵੱਲ ਆ ਰਹੇ ਸੀ? ਹਾਂਜੀ, ਅਸੀਂ ਕਾਲਜ ਉੱਤੇ ਆ ਰਹੇ ਸੀ, ਕਾਲਜ ਵੱਲ ਆ ਰਹੇ ਸੀ। ਸਾਡੀ ਗੱਡੀ ਮੇਨ ਰੋਡ 'ਤੇ ਸੀਗੀ ਅਤੇ ਸਾਡੇ ਅੰਕਲ ਜੀ ਚਲਾ ਰਹੇ ਸੀਗੇ ਅਤੇ ਅੱਗੋਂ ਜਿਹੜੇ ਉਹ ਮਤਲਬ ਘੋੜਾ ਸੀਗਾ ਉਹ ਅੱਗੋਂ ਵੀ ਬ੍ਰੇਕ ਕਰਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਕਿਉਂਕਿ ਸੰਨ ਵਿੱਚ ਪਸ਼ੂ ਆ ਗਿਆ ਸੀਗਾ। ਅਤੇ ਅਸੀਂ ਅੰਕਲ ਜੀ ਦੇ ਕੋਲ ਬੈਠੇ ਹੋਏ ਸੀ, ਅਗਲੀਆਂ ਸੀਟਾਂ 'ਤੇ ਅਸੀਂ ਸਭ ਤੋਂ ਅੱਗੇ ਬੈਠੇ ਹੋਏ ਸੀਗੇ ਅਤੇ ਜਦੋਂ ਅੰਕਲ ਜੀ ਬ੍ਰੇਕ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਅੰਕਲ ਜੀ ਨੇ ਆਪਦੇ ਵੱਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਜਿਹੜੀ ਗੱਡੀ ਸੀ ਉਹਨਾਂ ਨੇ ਆਪਦੀ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਆਪਦੀ ਕੀਤੀ ਅਤੇ ਉਹ ਇੱਕਦਮ ਉਹਨਾਂ ਦੀ ਗੱਡੀ ਖੜ੍ਹ ਗਈ ਅਤੇ ਸਾਡੀ ਗੱਡੀ ਇੱਕਦਮ ਜਾ ਕੇ ਉਹਨਾਂ ਦੇ ਵਿੱਚ ਵੱਜੀ। ਇਸ ਕਾਰਨ ਇਹ ਘਟਨਾ ਹੋਈ। ਆਮਣੇ ਸਾਹਮਣੇ ਟੱਕਰ ਹੋਈ? ਹਾਂਜੀ। ਕੋਈ ਜ਼ਿਆਦਾ ਨੁਕਸਾਨ ਕੋਈ ਲੱਗਦਾ ਤੁਹਾਡੇ? ਕਿੰਨੀ ਸੱਟ ਹੋਈ ਹੈ? ਲੱਤਾਂ 'ਤੇ ਹੈ ਜੀ। ਜ਼ਿਆਦਾ ਮੇਜਰ ਇੰਜਰੀ ਕੋਈ? ਹਾਂਜੀ, ਮੇਜਰ ਸੱਟ ਕੋਈ ਹੋਈ ਕਹਿ ਸਕਦੇ ਆਪਾਂ? ਕੋਈ ਹੈ ਕਿ ਨੋਰਮਲ ਹੀ? ਬਸ ਠੀਕ ਹੈ, ਇੱਥੇ ਨੋਰਮਲ। ਤੁਹਾਡੇ ਨਾਲ ਦੇ ਸਾਥੀ ਕਿਸ ਤਰ੍ਹਾਂ ਦੇ? ਕਿੰਨੇ ਉਹਨਾਂ ਦੇ ਕਿੰਨੇ ਕੁ ਜਣੇ ਇੰਜਰਡ? ਜਿਹੜੇ ਨਾਲ ਦੇ ਸਾਥੀ ਆ ਕਈਆਂ ਦੇ ਮਤਲਬ ਪਿੱਛੇ ਸੀਟਾਂ 'ਤੇ ਬੈਠਣ ਕਾਰਨ ਉਹਨਾਂ ਦੇ ਮੂੰਹ ਅੱਗੇ ਵੱਜੇ, ਇਸ ਕਾਰਨ ਉਹਨਾਂ ਦੀਆਂ ਪਾਈਪਾਂ 'ਤੇ ਮੂੰਹ ਵੱਜੇ, ਮਤਲਬ ਉਹਨਾਂ ਦੇ ਤੁਸੀਂ ਦੇਖ ਹੀ ਰਹੇ ਹੋ। ਅਤੇ ਕਈਆਂ ਦੇ ਮਤਲਬ ਜਵਾੜੇ ਵੀ ਹੋਏ ਆ ਇੱਕ ਦੀਦੀ ਦੇ, ਅਤੇ ਕਈਆਂ ਦੇ ਸਿਰ ਵਿੱਚ ਸੱਟ ਇੱਥੇ ਪਾਈਪਾਂ ਦੇ ਨਾਲ ਟਕਰਾਉਣ ਨਾਲ। ਕਿੰਨੇ ਬੱਚੇ ਸੀ ਵੈਨ ਦੇ? ਜੀ, ਵੈਨ ਵਿੱਚ ਅਸੀਂ ਕਾਫੀ ਬੱਚੇ ਸੀਗੇ, ਵੈਨ ਭਰੀ ਹੋਈ ਸੀ। ਹਾਂਜੀ, ਇੰਨੇ ਕੁ ਹੋ ਸਕਦੇ, 25-27-28 ਬੱਚੇ ਇੰਨੇ ਕੁ ਹੋ ਸਕਦੇ। ਮੇਰਾ ਪਿੰਡ ਤਾਂ ਵੜੇਂਗਾ ਹੀ, ਬਾਕੀ ਬਰੀਆਲਾ ਤੋਂ ਬੱਚੇ ਸੀ, ਕੁਝ ਹੋਰ ਵੀ ਪਿੰਡਾਂ ਦੇ ਬੱਚੇ ਸੀ। ਸਰ, ਗੁਰੂ ਨਾਨਕ ਕਾਲਜ ਦੀ ਵੈਨ ਸੀਗੀ ਅਤੇ ਕੋਟਪੂਰੇ ਪਾਸੋਂ ਆ ਰਹੀ ਸੀ ਅਤੇ ਟਰੱਕ ਸੀਗਾ, ਖਲਦਾ ਲੋਡ ਸੀਗਾ, ਗੰਗਾਨਗਰ ਤੋਂ ਆ ਰਿਹਾ ਸੀ ਅਤੇ ਜਗਰਾਓਂ ਜਾਣਾ ਸੀ। ਟਰੱਕ ਵਾਲੇ ਦੇ ਅੱਗੇ ਕੁਵਾਰਾ ਪਸ਼ੂ ਹੋਣ ਕਰਕੇ ਉਹਨੇ ਉਹ ਰੋਂਗ ਸਾਈਡ ਕਰ ਲਿਆ ਅਤੇ ਵੈਨ ਉੱਧਰੋਂ ਆ ਰਹੀ ਸੀ। ਤੁੰਦਾ, ਹਾਂਜੀ, ਤੁੰਦ ਜ਼ਿਆਦਾ ਹੋਣ ਕਰਕੇ ਜੀ, ਅਤੇ ਤੁੰਦਾ ਵੀ ਕਾਰਨ ਸੀ। ਵੈਨ ਦੇ ਵਿੱਚ ਟੋਟਲ 25 ਦੇ ਕਰੀਬ ਸਟੂਡੈਂਟ ਸੀਗੇ ਸਰ, ਜਿਨ੍ਹਾਂ 'ਚੋਂ 8 ਸਟੂਡੈਂਟਾਂ ਦੀਆਂ ਸੱਟਾਂ ਲੱਗੀਆਂ ਸਿਵਲ ਹਸਪਤਾਲ, ਐਡਮਿਟ ਇਲਾਜ ਚੱਲ ਰਿਹਾ ਜੀ। ਨਹੀਂ ਜੀ, ਨੋਰਮਲ ਹੀ ਹੈ, ਕੋਈ ਨਹੀਂ, ਠੀਕ ਹੈ, ਬੱਚਤ ਹੋ ਗਈ।